ਲੰਬੇ ਸਮੇਂ ਤੋਂ ਬਾਅਦ ਆਖਿਰ ਨਵਜੋਤ ਸਿੱਧੂ ਨੇ ਚੁੱਪੀ ਤੋੜ ਹੀ ਲਈ ਹੈ। ਸਿੱਧੂ ਨੇ ਆਉਣ ਸਾਰ ਹੀ ਵੱਡਾ ਧਮਾਕਾ ਕਰ ਦਿੱਤਾ। ਆਪਣੇ ਦਿਲ ਦੀ ਗੱਲ ਅਤੇ ਪੰਜਾਬ ਦੇ ਨਾਲ ਗੱਲ ਕਰਨ ਲਈ ਉਹਨਾਂ ਨੇ ਆਪਣਾ ਯੂਟਿਊਬ ਚੈਨਲ ਬਣਾ ਲਿਆ। ਕੀ ਕਿਹਾ ਨਵਜੋਤ ਸਿੱਧੂ ਨੇ ਤੁਸੀਂ ਖੁਦ ਹੀ ਸੁਣ ਲਓ। ਨਮਸਤੇ, ਸਲਾਮ ਅਲੈਕੁਮ, ਹੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਲੰਬੇ ਅੰਤਰਾਲ ਦੀ ਚੁੱਪੀ ਤੋਂ ਬਾਅਦ ਦੋਸਤੋ ਚਿੰਤਨ ਆਪਣੇ ਅੰਦਰ ਲੈ ਕੇ, ਜਿਹੜਾ ਸਮਾਂ ਚਿੰਤਾ 'ਚ ਗਿਆ ਕੂੜੇਦਾਨ 'ਚ ਗਿਆ, ਚਿੰਤਨ 'ਚ ਗਿਆ ਸਮਾਂ ਫੁੱਲ ਦੀ ਤਜੋਰੀ 'ਚ ਗਿਆ, ਤੁਹਾਡੇ ਸਨਮੁੱਖ ਹੋਇਆ। ਔਰ ਇੱਕ ਗੱਲ ਤੁਹਾਨੂੰ ਕਹਿਣੀ ਚਾਹਣਾ ਕਿ ਮੇਰਾ ਰੱਬ ਵੀ ਤੁਸੀਂ ਹੋ, ਮੇਰੇ ਮਹਿਰਮ ਵੀ ਤੁਸੀਂ ਹੋ, ਮੇਰਾ ਰਹਿਬਰ ਵੀ ਤੁਸੀਂ ਹੋ, ਮੇਰਾ ਸਭ ਕੁਛ ਤੁਸੀਂ ਹੋ। ਇੰਨੇ ਅੰਤਰਾਲ 'ਚ ਸੋਚ ਵਿਚਾਰ ਕੇ ਕਲੈਰਿਟੀ ਆਫ ਥੋਟ ਆਈ ਹੈ, ਔਰ ਇਹ ਮਨ ਨੇ ਕਿਹਾ ਕਿ ਜਿਹੜੀ ਪੰਜਾਬ ਦੇ ਲੋਕਾਂ ਨੇ ਤਾਕਤ ਬਖਸ਼ੀ ਹੁਕਮਰਾਨਾਂ ਨੂੰ, ਉਹ ਚਾਰ ਪੰਜ ਬੰਦਿਆਂ ਦੇ ਭਾਵੇਂ ਨਾਲ ਨਾ ਬੰਨੀ ਜਾਵੇ, ਔਰ ਉਹ ਲੋਕਾਂ ਦੇ ਵਾਪਸ ਆਵੇ ਕੋਲ। ਦ ਪਾਵਰ ਆਫ ਦ ਪੀਪਲ ਮਸਟ ਰਿਟਰਨ ਟੂ ਦ ਪੀਪਲ। ਬਸ ਇਸੇ ਨੇਕ ਨੀਅਤ ਦੇ ਨਾਲ ਕੁਛ ਨੀਤੀਆਂ ਆਪਣੇ ਅੰਦਰ ਉਮੜ ਉਮੜ ਬਾਹਰ ਆਉਂਦੀਆਂ ਨੇ। ਇਹ ਸੋਚਿਆ ਵੀ ਕਿਹੜੀ ਇਹੋ ਜਿਹੀ ਥਾਂ ਜਿੱਥੇ ਤਰੋੜ ਮਰੋੜ ਨਾ ਹੋਵੇ, ਸੱਚ ਦਾ ਬੋਲਬਾਲਾ ਹੋਵੇ, ਔਰ ਗੁਰੂ ਘਰ ਦੀ ਆਵਾਜ਼ ਨੂੰ ਆਪਣੇ ਮੱਥੇ, ਗੁਰੂ ਘਰ ਦੀ ਧੂੜੀ ਨੂੰ ਆਪਣੇ ਮੱਥੇ ਲਾ ਕੇ ਉਹ ਪੰਜਾਬ ਦੇ ਹੱਕ 'ਚ ਬੁਲੰਦ ਕੀਤੀ ਜਾਵੇ। ਇਸ ਕਰਕੇ ਇੱਕ ਚੈਨਲ ਜਿੱਤੇਗਾ ਪੰਜਾਬ, ਜਿੱਤੇਗਾ ਹਰ ਪੰਜਾਬੀ, ਜਿੱਤੇਗੀ ਪੰਜਾਬੀ। ਨਾਂ ਰੱਖਿਆ ਚੈਨਲ ਦਾ ਜਿੱਤੇਗਾ ਪੰਜਾਬ। ਇਹ ਤੁਹਾਡੇ ਸਨਮੁੱਖ ਲੈ ਕੇ ਆ ਰਿਹਾ, ਇੱਥੋਂ ਹੀ ਤੁਹਾਡੇ ਨਾਲ ਸੰਪਰਕ ਸਾਧੂ, ਕਿਉਂਕਿ ਸੰਪਰਕ ਜਦੋਂ ਟੁੱਟਦਾ ਨਾ ਸੰਦੇਹ ਪੈਦਾ ਹੁੰਦਾ, ਔਰ ਸੰਦੇਹ ਦੇ ਧਰਾਤਲ ਦੇ ਉੱਤੇ ਵਿਸ਼ਵਾਸ ਪਿਘਲ ਜਾਂਦਾ। ਮੇਰੀ ਰਾਜਨੀਤੀ ਆਸ ਅਤੇ ਵਿਸ਼ਵਾਸ ਦੀ। ਪੰਜਾਬ ਦੇ ਲੋਕੋ, ਆਸ ਨਾ ਛੱਡਿਓ, ਵਿਸ਼ਵਾਸ ਨਾ ਛੱਡਿਓ। ਆਪਣਾ ਇਤਿਹਾਸ ਗੁਰੂਆਂ ਪੀਰਾਂ ਪੈਗੰਬਰਾਂ ਦਾ ਹੈ, ਆਦਿ ਅਨੰਤ ਦਰਬਾਰ ਸਾਹਿਬ ਆਪਣੀ ਤਾਕਤ ਹੈ। ਜਿੱਥੇ ਇਹੋ ਜਿਹੀ ਸੇਧ ਹੋਵੇ, ਜਿੱਥੇ ਇਹੋ ਜਿਹਾ ਗੌਰਵਮਈ ਇਤਿਹਾਸ ਹੋਵੇ, ਉੱਥੇ ਨਿਰਾਸ਼ਾ ਨਹੀਂ, ਉੱਥੇ ਆਸ ਵਿਸ਼ਵਾਸ। ਬਸ ਇੰਨਾ ਹੀ ਕਹਿਣਾ ਕਿ ਚੰਦਰਮਾ ਆਪਣੀਆਂ ਕਲਾਵਾਂ ਨਸ਼ਟ ਕਰਕੇ ਦੁਬਾਰਾ ਫੇਰ ਸਿਰਜਣ ਕਰਕੇ ਪੂਰਨਿਮਾ ਦੇ ਰੂਪ 'ਚ ਆਉਂਦਾ ਹੈ। ਪਤਝੜ ਫਿਰ ਬਹਾਰ ਆਉਂਦੀ ਹੈ, ਭਗਵਾਨ ਕੀ ਮਾਇਆ, ਕਭੀ ਧੂਪ ਕਭੀ ਛਾਇਆ। ਇਹ ਉਹੀ ਪੰਜਾਬ ਹੈ ਮਿੱਤਰੋ, ਜਿਹੜਾ ਸਭ ਤੋਂ ਵੱਡਾ ਬ੍ਰੈਂਡ ਹੈ ਦੁਨੀਆ ਦਾ, ਬ੍ਰੈਂਡ ਪੰਜਾਬ, ਜਿਹਨੇ ਗ੍ਰੀਨ ਰੈਵੋਲਿਊਸ਼ਨ ਦਿੱਤੀ, ਜਿਹਨੇ ਵਾਈਟ ਰੈਵੋਲਿਊਸ਼ਨ ਦਿੱਤੀ, ਜਿਹਦੇ ਯੋਧਿਆਂ ਨੇ, ਜਾਂਬਾਜ਼ ਯੋਧਿਆਂ ਨੇ, ਐਲੰਬਰਦਾਰਾਂ ਨੇ, ਕੌਮ ਦੇ ਸੂਬੇਦਾਰਾਂ ਨੇ, ਪਰਮਵੀਰ ਚੱਕਰ, ਸਭ ਤੋਂ ਵੱਧ ਬਹਾਦਰ ਦਿਖਾਈ, ਅੰਨਦਾਤਾ ਬਣਿਆ। ਅੱਜ ਇਹ ਔਖੀ ਘੜੀ ਆਈ ਹੈ ਅਤੇ ਇਹ ਤੇ ਸ੍ਰਿਸ਼ਟੀ ਦਾ ਨਿਯਮ ਹੈ ਮਿੱਤਰੋ, ਜਿੱਥੇ ਉਤਾਰ ਹੈ ਉੱਥੇ ਚੜਾਵ ਹੈ, ਜਿੱਥੇ ਚੜਾਵ ਹੈ ਉੱਥੇ ਉਤਾਰ। ਇਸ ਕਰਕੇ ਆਸ ਨਾ ਛੱਡਿਓ, ਗੁਰੂ ਦੇ ਉੱਤੇ ਵਿਸ਼ਵਾਸ ਨਾ ਛੱਡਿਓ। ਪੰਜਾਬ ਫਿਰ ਉਭਰੂਗਾ, ਪੰਜਾਬ ਫਿਰ ਗੌਰਵਮਈ ਬਣੂਗਾ, ਪੰਜਾਬ ਫਿਰ ਅਣਖੀ ਪੰਜਾਬ ਅਲਖ ਜਗਾਉਂਦਾ ਰਹੂਗਾ। ਮੈਂ ਇੰਨੀ ਉਹ ਗੱਲ ਕਹਿਣੀ ਹੈ ਕਿ ਇਹ ਚੈਨਲ ਜਿੱਤੂਗਾ ਪੰਜਾਬ ਤੁਹਾਡਾ ਚੈਨਲ ਹੈ, ਹਰ ਪੰਜਾਬੀ ਦਾ ਚੈਨਲ ਹੈ। ਜਿਹੜਾ ਪੰਜਾਬ ਦੇ ਵੱਲ ਹੈ ਉਹ ਇਸ ਚੈਨਲ ਦੇ ਵੱਲ ਵੀ ਹੋਊਗਾ, ਔਰ ਇਸ ਚੈਨਲ ਦੇ ਉੱਤੇ ਆ ਕੇ ਆਪਣੇ ਵਿਊ, ਆਪਣੀ ਗੱਲ ਸਾਰੀ ਦੁਨੀਆ ਦੇ ਸਮੱਖ ਰੱਖ ਸਕਦਾ। ਬਸ ਤੋੜੇ ਮੋੜੇ ਕੋਈ ਨਾ, ਇਸੇ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਤੁਹਾਡੇ ਸਨਮੁੱਖ ਇਸ ਚੈਨਲ ਦੇ ਤੁਹਾਡੇ ਨਾਲ ਵਿਚਾਰ ਸਾਂਝੇ ਕਰੂੰਗਾ। ਅਖੀਰ ਦੇ ਵਿੱਚ ਇੰਨੀ ਉਹ ਗੱਲ ਕਹਿਣੀ ਹੈ ਕਿ ਜੇ ਆਈ ਇਹ ਪਤਝੜ ਤਾਂ ਫੇਰ ਕੀ ਹੈ, ਜੇ ਆਈ ਇਹ ਪਤਝੜ ਤਾਂ ਫੇਰ ਕੀ ਹੈ, ਤੂੰ ਅਗਲੀ ਰੁੱਤ 'ਤੇ ਯਕੀਨ ਰੱਖ।
ਮੈਂ ਲੱਭ ਕੇ ਲਿਆਉਣਾ ਕਿਤੋਂ ਕੁਝ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੇ ਤਾਂ ਖਤਮ ਖਟੈ।